ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਫਤਿਹਗੜ੍ਹ ਛੰਨਾ, ਤਹਿਸੀਲ ਵੀ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ। ਆਹ ਦੋ ਛੋਟੀਆਂ ਕੱਟੀਆਂ ਦਿਖਾਵਾਂਗੇ, ਇੱਕ ਦਿਖਾਵਾਂਗੇ ਆਹ ਵੱਡੀ ਕੱਟੀ ਤੇ ਇੱਕ ਦਿਖਾਵਾਂਗੇ ਆਹ HF ਵੱਛੀ, ਤਾਜ਼ੀ ਸੂਈ ਆ। ਤੇ ਜੇ ਗੱਲ ਕਰ ਲਈਏ ਨਾਲ ਵੀ ਸੱਜਣੋ ਵੱਛੀ ਆ, ਵੱਛੀ ਵੀ ਰਹਿਣ ਪੂਰੀ ਐਕਟਿਵ ਆ। ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ, ਰੇਟ ਸਾਰੇ ਪਸ਼ੂਆਂ ਦੀ ਵੀਡੀਓ 'ਚ ਕਰਾ ਦਾਂਗੇ। ਆ ਜਾ ਬਾਈ। ਸਤਿ ਸ਼੍ਰੀ ਅਕਾਲ ਜੀ, ਹੋਰ ਕਿ ਜੀ ਕਿਵੇਂ ਆ? ਠੀਕ ਠਾਕ ਜੀ, ਵਧੀਆ। ਬਾਲੇ ਟਾਈਮ ਬਾਅਦ ਦਿਖਿਆ ਨਾ, ਵਿਆਹ ਵੂ ਜੀ ਬਾਲੇ ਜੀ। ਵਿਆਹਾਂ ਵੂਹਾਂ 'ਚ ਹੋ ਗਿਆ ਮੋਟਾ ਖਾ ਕੇ ਸਮਾਨ ਹੈ ਨਾ, ਬਹੁਤ ਕੁਝ ਖਾਧਾ ਜੀ। ਕਰ ਲਈਏ ਸ਼ੁਰੂ ਇਧਰੋਂ, ਹਾਂਜੀ ਮੱਛੀ ਤੋਂ ਕਰ ਲਈਏ ਫਿਰ। ਕਿੱਥੋਂ ਮਰਜ਼ੀ ਕਰੋ ਜੀ। ਤੋੜ ਦੇ ਖੋਲ ਕੇ ਸੂਆ ਕਿਹੜਾ ਦਾ? ਦੂਜਾ ਜੀ। ਸੂਆ ਦੂਜਾ ਬੱਚਾ ਕੀ ਆ ਨਾਲ ਬਾਈ? ਵੱਛੀ ਹੈ ਜੀ। ਆ ਨਾਲ ਇਹਦੇ ਆ ਗਈ ਸੱਜਣੋ ਵੱਛੀ, ਸੂਆ ਦੂਜਾ ਤੇ ਪ੍ਰਿੰਟ ਪ੍ਰਿੰਟ ਵੱਛੀ ਦਾ ਬਾ ਕਮਾਲ ਹੈ। ਕੱਦ ਬੈੱਡ ਵੀ ਪੂਰਾ ਡਬਲ ਆ, ਘੋੜੀ ਵਾਲਾ ਸਿਸਟਮ ਹੀ ਆ, ਫੁੱਲ ਵੱਡਾ ਕੱਦ ਕਾਠ ਤੇ ਆਰਡਰ ਰੱਖਦੀ ਆ। ਤੋੜ ਲੈਣ ਬਾਈ, ਆਰਡਰ ਰੱਖਦੀ ਆ ਬਿਲਕੁਲ ਫਿਕਸ, ਹਾਸਮਾ ਆਰਡਰ ਇੱਥੇ ਖੜਾ ਲਈ ਮਾੜੀ ਜੀ, ਆਰਡਰ ਵੀ ਫਿਕਸ ਰੱਖਦੀ ਆ। ਤੇ ਬਾਕੀ ਇਥੋਂ ਕੱਦ ਕਾਠ ਦਾ ਆਈਡੀਆ ਲਾ ਸਕਦੇ ਹੋ, ਕੱਦ ਕਾਠ ਵੀ ਚੰਗਾ, ਲੰਬਾਈ ਵੀ ਚੰਗੀ ਆ। ਤੇ ਆ ਨਾਲ ਇਹਦੇ ਆ ਗਈ ਸੱਜਣੋ, ਜੇ ਗੱਲਬਾਤ ਕਰ ਲਈਏ ਵੱਛੀ, ਆ ਨਾਲ ਇਹਦੇ ਵੱਛੀ ਆ ਗਈ, ਕੋਈ ਨੀ ਖੜ ਜਾਣਦੇ ਬਰਾਂਡੇ ਜੀ, ਆ ਗਈ ਨਾਲ ਇਹਦੇ ਵੱਛੀ। ਤੇ ਆਪਦਾ ਸੂਆ ਆ ਗਿਆ ਦੂਜਾ, ਆ ਜਾ ਲਿਆ ਬਾਹਰ ਨੂੰ ਬਾਈ, ਲਿਆ ਬਾਹਰਲੇ ਬੰਨੇ ਸੂਆ ਦੂਜਾ ਤੇ ਪ੍ਰਿੰਟ ਪ੍ਰਿੰਟ ਬਾ ਕਮਾਲ ਹੈ। ਕੱਦ ਬੈੱਡ ਵੀ ਫੁੱਲਾ ਤੇ ਜਾਨ ਵੀ ਫੁੱਲਾ, ਬੰਨ ਲਾ ਬਾਈ ਇੱਥੇ, ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ, ਆਰਡਰ ਦਾ ਸਾਈਜ਼ ਚੈੱਕ ਕਰ ਸਕਦੇ ਹੋ, ਆਰਡਰ ਕੁਆਲਿਟੀ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਬਿਲਕੁਲ, ਇੱਧਰਲੇ ਬੰਨੇ ਵੀ ਆਰਡਰ ਚੰਗਾ ਰੱਖਦੀ ਆ, ਤੇ ਆਰਡਰ ਚੌੜਾ ਵੀ ਫੁੱਲ ਆ ਗਿਆ ਬਾਈ, ਆ ਗਿਆ ਅੱਗੇ ਪਿੱਛੇ ਦਾ ਤੇ ਆ ਗਿਆ ਕਿ ਜੀ ਫਿਕਸ ਆ ਨਾ, ਆਰਡਰ ਜਮਾ ਫਿਕਸ ਆ ਗਿਆ। ਸੂਈ ਕਦੋਂ ਆ? ਸੂਈ ਕੱਲ੍ਹ ਸੂਈ ਜੀ, ਜੇਰ ਜੱਪਾ ਡਨ ਹੈ ਓਕੇ ਜੀ, ਜੇਰ ਜੱਪੇ ਵਾਲਾ ਸਿਸਟਮ ਆ ਜਿਹੜਾ, ਤਾਰਾਂ ਪੂਰਾ ਮਾਰਕ ਵੀ ਦਿਖਾਣਾ ਕੋਈ ਚੱਕਰ ਨਹੀਂ, ਬਾਈ ਕਹਿੰਦਾ ਡਾਨਾ ਜਮਾ ਲਾ, ਤਾਰਾਂ ਦਿਖਾ ਜੇ ਮਾਰ ਲਾ, ਮਾਰ ਲੈ ਲਾ ਗਈ ਬਾਈ। ਹਾਂਜੀ ਹਾਂ ਲੈ, ਵੱਛੀ ਤੁਹਾਨੂੰ ਜ਼ਰੂਰ ਦਿਖਾ ਦੇਣਾ ਇੱਕ ਵਾਰੀ, ਜੁੰਮਦੀ ਆਪਾਂ ਵੱਛੀ ਚੈੱਕ ਕਰ ਲਓ, ਕਈ ਵਾਰੀ ਸੱਜਣ ਕਹਿ ਦਿੰਦੇ ਨੇ ਬੱਚਾ ਨਹੀਂ ਚੁੰਮਦਾ ਘਰ ਦੇ ਬੰਨੇ ਬਾਈ। ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ, ਆਰਡਰ ਵੀ ਫੁੱਲ ਚੜਾਈ ਵਾਲਾ ਤੇ ਅਗਲੇ ਬੰਨੇ ਵੀ ਆਰਡਰ ਪੂਰਾ ਰੱਖਦੀ ਆ, ਤੇ ਥਣ ਦਾ ਸਾਈਜ਼ ਆ ਜਿਹੜਾ, ਥਣ ਦਾ ਸਾਈਜ਼ ਵੀ ਬਹੁਤ ਸੋਹਣਾ, ਲਾਈ ਬਹੁਤ ਚੰਗੇ ਜੀ। ਹਾਂ ਥੋੜਾ ਜਿਹਾ ਡਰਦੀ ਆ ਨਾ, ਨਾ ਨਾ ਉੱਪਰ ਐਉਂ ਕਰਦੀ ਜੀ, ਹਾਂ ਕੱਦ ਵੱਡਾ ਆ ਗਿਆ ਫੁੱਲ ਡਬਲ, ਇੱਥੋਂ ਦਿਖਾ ਦੇ ਮਾਰ ਜੀ ਬਾਈ ਤਾਰਾ, ਆ ਚਵਾਈ ਫੁੱਲ ਮੋਟੀ ਆ ਨਾ, ਬਹੁਤ ਮੋਟੀ ਚਵਾਈ, ਪਿਛਲਿਆਂ 'ਚ ਵੀ ਮਾਰ ਲਈ, ਪਿਛਲਿਆਂ 'ਚ ਇੱਧਰਲੇ ਬੰਨੇ ਦਿਖਾ ਦਿੰਦੇ ਹਾਂ, ਚਵਾਈ ਤਾਂ ਬਹੁਤ ਰੂ ਵਰਗੀ ਚਵਾਈ, ਮੋਟੀ ਚਵਾਈ ਹੈ ਨਹੀਂ ਹੈਗਾ, ਮੱਝਾਂ ਦਾ ਥਣ ਲੱਗੇ ਗਾਣਾ ਜੋ ਕਿਹੜਾ ਹੋਰ ਮਾਰ ਦੇਗੀ, ਲੋ ਜੀ ਥਣ ਥਣ ਦਾ ਸਾਈਜ਼ ਵੀ ਸੋਹਣਾ ਹੈ ਨਾ, ਮੁੱਠੀ ਵਾਲਾ ਸਾਈਜ਼ ਕੱਢਦੀ ਆ, ਠੀਕ ਠੰਡੀ ਤਾਂ ਆਈ ਆ ਜੀ, ਕਿ ਨਿਆਣਾ ਪਾ ਨਾ ਪਾ ਰਿਹਾ, ਆਪਾਂ ਪਾ ਲਿਆ ਕੋਈ ਪਾ ਕੇ ਦਿਖਾਣਾ ਵੀ ਨਿਆਣਾ ਪਾਉਣਾ ਚਾਹੀਦਾ, ਕੋਈ ਚੱਕਰ ਨਹੀਂ ਪਾ ਨਾ ਪਾ, ਠੀਕ ਆ ਗੱਲ, ਹਾਂ ਜੀ ਬਾ ਕੱਢਦੇ ਨਿਆਣਾ ਕੋਈ, ਇਹਦੇ ਨਾਲ ਬਣਾ ਬੱਠਾ ਲੈ ਕੋਈ ਚੱਕਰ ਲੈ, ਹਲਾ ਕਹਿ ਲੈ ਠੀਕ ਹੈ, ਕਹਿੰਦੇ ਮਰਜ਼ੀ ਮਰਜ਼ੀ ਲੈ ਫੜ ਲੈ, ਆਪਣੇ ਰੱਬਾ ਵੀ ਹਲੇ ਕਹਿ ਕੇ ਲਗਾਣਾ ਨਿਆਣਾ ਪਾਉਂਦੀ ਆ ਬਈ, ਪਾਉਂਦੀ ਆ ਬਈ, ਇਹ ਗੱਲ ਹੋਈ ਬਾ, ਥੱਲੇ ਨਾ ਖਰਾਬ ਕਰ ਦੁੱਧ ਇਹਦੇ, ਕਿ ਜੀ ਪੈਸੇ ਵੱਛੀ ਦੇ ਕਿੰਨੇ ਲੈ ਲਾਂਗੇ ਆਪਾਂ, ਮੁੱਲ ਤਾਂ ਕਿੰਨਾ ਮਰਜ਼ੀ ਗੱਲ ਅੱਛੀ ਵੀ ਕਰ ਲਓ ਜੀ, ਹਾਂਜੀ ਹਾਂ 75 ਕਰ ਲਓ, 72,000 ਦੀ ਵੱਛੀ ਦੇਵਾਂਗੇ ਜੀ, 72,000 ਦੀ ਇਹ ਵੱਛੀ ਦੇ ਦਾਂਗੇ, ਲੈ ਪਸਮੀ ਹੋਈ ਤੋਰ ਦੇ ਕੇ ਰੱਖ ਜੀ, ਚਾਹੇ ਇੱਥੇ ਨੇੜੇ ਤੱਕ ਹੀ ਤੋਰਨੀ, ਬੱਚੇ ਕਿੰਨੀ ਜ਼ਿਆਦਾ, ਬੱਚੇ ਕਿੰਨੀ ਵੱਧ ਕਰ ਦੇ, ਹੋਰ ਕੋਈ ਚੱਕਰ ਨਹੀਂ, ਤੋਰ ਦੇ ਕੋਈ ਨਹੀਂ। ਸੂਆ ਹੈਗਾ ਦੂਜਾ, ਕੱਦ ਫੁੱਲ ਡਾਵਲਾ ਤੇ ਨਾਲ ਆ ਗਈ ਵੱਛੀ, ਤੇ ਰੋਬ ਵੀ ਵੱਛੀ ਦਾ ਫੁੱਲ ਹੈ, ਫੁੱਲ ਵੱਡੀਆਂ ਜੀ ਆਉਂਦੀਆਂ, ਛੋਟੀਆਂ 'ਚ ਨਹੀਂ ਆਉਂਦੀ ਹੈਗੀ, ਵਾਲੀਆਂ 'ਚ ਆਪਾਂ ਕਹਿ ਲਈਏ, ਤੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ, ਬਿਲਕੁਲ ਫਿਕਸ ਰੱਖਦੀ ਆ, ਤੇ ਥੋੜਾ ਬੱਚੇ ਕਰਕੇ ਜੁਗ ਕਰਦੀ ਆ, ਬਸ ਬਸ ਬੱਚੇ ਕਰਕੇ ਜਾਂਦੀ ਆ, ਉਧਰ ਨੂੰ ਭੱਜ ਕੇ ਬੋਝ ਕੇ ਲੈ ਜਾਂਦੀ, ਬਸ 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 ਆ ਜੀ ਆ ਜੀ ਆ ਜੀ ਆ ਜੀ, ਬਸ ਇਥੋਂ ਕੱਦ ਕਾਠ ਦਾ ਆਈਡੀਆ ਲਾ ਲਿਓ, ਕੱਦ ਵੀ ਚੰਗਾ, ਸ਼ਕੀਨ ਵੀ ਚੰਗੀ ਆ, ਤੇ ਦੁੱਧ ਵੀ ਇਹਦਾ ਤਕਰੀਬਨ ਮੱਝਾਂ ਨਾਲ ਦੀ ਹੋਊਗਾ, ਹਾਂਜੀ ਹਾਂਜੀ, ਤੇ ਬਾਈ ਕਹਿੰਦਾ ਦੇਵਾਂਗੇ 72,000 ਦੀ, ਬਾਕੀ ਕਰੀ ਬਾਈ ਐਨੂੰ ਜਦੋਂ ਐਨੂੰ ਜਾਊਗੀ ਆਰਡਰ ਸਾਈਜ਼ ਕਿਹੜਾ ਫੇਰ ਕਰਾ ਦੂੰ ਚੈੱਕ ਤੁਹਾਨੂੰ ਮੈਂ, ਆਰਡਰ ਅੱਗੇ ਪਿੱਛੇ ਦਾ ਬਣਾਉਂਦੀ ਆ, ਸੋਹਣਾ ਆਰਡਰ ਬਣਾਉਂਦੀ ਆ, ਤੇ ਮੇਨ ਗੱਲ ਆ ਜਿਹੜੀ ਹੁੰਦੀ ਆ ਸੱਜਣਾ ਨੂੰ ਵੀ ਨਾਲ ਵੱਛੀ ਹੋਵੇ ਤੇ ਨਾਲ ਵੀ ਇਹਦੇ ਵੱਛੀ ਆ। ਤੇ ਆ ਝੋਟੀ ਦੀ ਉਮਰ ਕਿੰਨੀ ਆ ਬਾਈ?
ਇਹਦੀ ਹੈਗੀ ਆ 14-15 ਮਹੀਨੇ ਜੀ, 14-15 ਮਹੀਨੇ ਦੀ। ਹਾਂਜੀ ਤੋਰੇਗਾ ਇਹਨੂੰ ਖੁਰਕੇ? ਹਾਂਜੀ ਤੋਰ ਦੇ। ਆ ਜਾਓ 14-15 ਮਹੀਨਿਆਂ ਦੀ ਉਮਰ ਆ ਗਈ ਤੇ ਸਿੰਗ ਗੋਲ ਕਰ ਜੂਗੀ, ਲੈ ਚੱਲਾਂ ਇਹਨੂੰ ਤੇ ਬਾਕੀ ਤੋਰਾ ਤੂਰਾ ਕਰ ਸਕਦੇ ਹਾਂ ਚੈੱਕ। ਹੁਣ ਠੰਡ ਜੀ ਮੰਨੀ ਖੜੀਆਂ ਨੇ ਬਾਰੇ, ਹਨਾ ਠੰਡ ਕਰਕੇ ਨਵਾਈਆਂ ਨੇ ਜੀ, ਇੱਕ ਗੱਲ ਤਾਂ ਇਹ ਹੈ ਜੀ ਠੰਡ ਕਰਕੇ ਬਿਮਾਰ ਨਾ ਹੋ ਜਾਣ। ਮਾੜਾ ਬਾਈ ਇੱਥੋਂ ਆ ਪਿੱਠ ਪੁੜੇ ਦੀ ਬਣਾਵਟ ਕੱਟੀ ਦੀ ਚੰਗੀ ਆ, ਇੱਥੋਂ ਫੇਸ ਕੁਆਲਿਟੀ ਕਰ ਸਕਦੇ ਹਾਂ ਚੈੱਕ। ਲੈ ਚੱਲ ਬਾਈ ਸਿੰਗ ਕਰੂਗੀ ਬੰਦ, ਕੋਈ ਨੀ ਪੁੱਛ ਕੇ ਲੈ ਚੱਲ। ਲੰਬਾਈ ਵੀ ਚੰਗੀ ਆ, ਕੱਦ ਵੀ ਚੰਗਾ ਉਮਰ ਦੇ ਹਿਸਾਬ ਨਾਲ, 14-15 ਕੁ ਮਹੀਨਿਆਂ ਦੀ ਉਮਰ ਆ ਗਈ ਬਾਈ। ਕਹਿੰਦਾ ਇਹਦੀ ਹਾਂ ਸਿੰਗਲ ਚਾਰ ਹੀ ਨੇ ਬਾਈ? ਹਾਂਜੀ ਚਾਰ ਦਿਖਾ ਨੇ। ਫਾਲਤੂ ਤਾਂ ਨੀ ਕੋਈ? ਦਿਖਾ ਨੇ ਕੋਈ ਚੱਕਰ ਨਹੀਂ, ਥਣ ਥੱਪਾ ਦਿਖਾ ਦੇ ਬਾਈ ਸਿੰਗਲ ਚਾਰ ਨੇ, ਕੋਈ ਫਾਲਤੂ ਤਾਂ ਨੀ ਇਹਦੇ? ਥਣ ਸਿੰਗਲ ਚਾਰ ਨੇ, ਝੋਲੀ ਵੀ ਸੋਹਣੀ ਰੱਖਦੀ ਆ ਨਾ, ਝੋਲੀ ਸੋਹਣੀ ਬਣਾਉ, ਸਿੰਗਲ ਚਾਰ ਹੀ ਆ ਗਏ। ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ? 28,000 ਹੀ ਦੇ ਦਾਂਗੇ। ਹੈਂ 28,000 ਦੇ ਦਾਂਗੇ। 28 ਚ ਹੋ ਜੂ ਮਾਨਤਾ ਨਾ? ਕਰਦਾ ਹੀ ਮਾਨਤਾ। ਤੇ ਆਹ ਕੱਟੀ ਦੀ ਉਮਰ ਕਿੰਨੀ ਹੈ? ਇਹ ਕੱਟੀ ਦੀ ਉਮਰ ਮੇਰੇ ਹਿਸਾਬ ਚ 10-10 ਮਹੀਨੇ ਦੀ। 10-10 ਮਹੀਨੇ ਨੇ ਦੋ? ਹਾਂ ਇੱਕ ਦੇ ਥੋੜਾ ਜਿਹਾ ਬੱਲ ਆ ਗਿਆ ਨਾ। ਹਾਂ ਬੱਲ ਜੀ, ਝੋਲੀ ਦਾ ਵੀ ਬਹੁਤ ਦੇਖੋ ਜੀ, ਥੋੜਾ ਜਿਹਾ ਬੱਲ ਜ਼ਰੂਰ ਆ ਗਿਆ। ਇੱਕ ਨੰਬਰ ਵਾਲੀ ਦਾ ਬਲੈਕ ਝੋਲੀ ਚੱਲ ਦੇਖੋ ਜੀ, ਥਾਂ ਸਿੰਗਲ ਚਾਰ ਹੀ, ਸਿੰਗਲ ਚਾਰ ਹੀ ਨੇ, ਝੋਲੀ ਚੱਲ ਬਹੁਤ ਨਹੀਂ ਹੈਗਾ ਕਿਸੇ ਦੇ ਵੀ, ਇਹਦੀ ਝੋਲੀ ਬਹੁਤ ਹੈ। ਤੇ ਇਹ ਵੀ ਆਪਾਂ ਕੱਟੀ ਸਾਨੂੰ ਖੜੀ ਕਢਾਈ ਚੈੱਕ ਕਰਾ ਦੇਣਾ ਨਾਲ, ਇਹਦੀ ਝੋਲੀ ਵੀ ਬਹੁਤ ਆ ਨਾ, ਜਿਵੇਂ ਉਮਰ ਛੋਟੀ ਜੀ ਆ, ਠੰਡ ਕਰਕੇ ਕੱਠੀਆਂ ਜਿਹਾ ਹੋਈਆਂ ਖੜੀਆਂ। 10-10 ਮਹੀਨੇ ਇਹ ਜੋੜਾ ਕਿੰਨੇ ਦੇ ਦਾਂਗੇ ਬਾਈ? 18,000 ਦੇ ਦਾਂਗੇ ਜੋੜਾ ਜੀ। ਹੈਂ 18,000 ਜੋੜਾ ਦੇ ਦਾਂਗੇ? 18 ਦਾ ਜੋੜਾ? ਹਾਂਜੀ ਠੀਕ ਆ ਗੱਲ। ਜੇ ਕਿਸੇ ਨੇ ਤਿੰਨੇ ਲੈਣੀਆਂ ਹੋਈਆਂ ਹੋਜੂ ਮਾਨਤਾ? ਮਾਨਤਾ ਕਰ ਦਾਂਗੇ ਤਿੰਨਾਂ ਚੋਂ। ਹਾਂ ਕਰ ਦਾਂਗੇ। ਨੰਬਰ ਬੋਲ ਦੇ ਬਾਈ ਤੇਰਾ। 97-95-62-18 ਜੀ। 97-795-62-18 ਪਿੰਡ ਫਤਿਹਗੜ੍ਹ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ। ਹਾਂਜੀ ਆ ਨੇੜੇ ਧੌਲਾ ਹਨਾ? ਹਾਂਜੀ ਧਨੌਲਾ ਵੀ ਨੇੜੇ, ਧਨੌਲਾ ਮੰਡੀ ਲਾ ਦੇ ਇੱਥੇ। ਠੀਕ ਹੈ ਜੀ। ਹਾਂਜੀ ਇਹਨਾਂ ਚਾਰੇ ਪਸ਼ੂਆਂ ਚੋਂ ਤੁਹਾਨੂੰ ਜਿਹੜਾ ਵੀ ਪਸੰਦ ਆਊਗਾ ਬਾਈ ਨਾਲ ਅੰਗਰੇਜ਼ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਾਓ। ਧੰਨਵਾਦ ਜੀ।